ਉਹਨੂੰ ਅਗਰ ਕੁਛ ਨਾ ਹਾਸਲ ਹੋਇਆ ਤੁਹਾਡੇ ਮਿਸਤਰੀ ਨੂੰ ਤਾਂ ਉਹਨੇ ਨੰਬਰ 1 ਕੰਪਨੀ ਵੀ ਫੇਲ ਕਰ ਦੇਣੀ ਤੇ ਜੇ ਮਿਸਤਰੀ ਦਾ ਮੂੰਹ ਮਿੱਠਾ ਹੋ ਗਿਆ ਉਹਨੇ ਮਾੜੀ ਨੂੰ ਵੀ ਚੰਗੀ ਕਰ ਦੇਣਾ। ਹੁਣ ਜਦੋਂ ਤੁਸੀਂ ਵੀਡੀਓ ਵੇਖ ਕੇ ਮੇਰੇ ਕੋਲ ਆ ਗਏ, ਮੈਂ ਬੈਨੀਫਿਟ ਇਹਨਾਂ ਨੂੰ ਦਊਂਗਾ ਕਿ ਤੁਹਾਡੇ ਮਿਸਤਰੀ ਨੂੰ ਦਊਂਗਾ, ਮੈਨੂੰ ਇਸ ਗੱਲ ਦਾ ਜਵਾਬ ਦਿਓ। ਅਸਾਂ ਤਾਂ ਇੱਕ ਪੈਸਾ ਨਹੀਂ ਤੁਹਾਡੇ ਮਿਸਤਰੀ ਨੂੰ ਕੋਈ ਦੇਣਾ, ਫਿਰ ਉਹਨੇ ਕਹਿਣਾ ਚੰਗੀ ਚੀਜ਼ ਨੂੰ ਵੀ ਕਹਿਣਾ ਵੀ ਮਾੜਾ। ਅਸੀਂ ਪੰਜਾਬੀਆਂ ਨੇ ਇੰਨੇ ਭੂਏ ਕੀਤੇ ਹੋਏ ਨੇ ਭਈਏ ਜੀ, ਵੀ ਜੋ ਕਰੂਗਾ ਭਈਆ ਹੀ ਕਰੂਗਾ ਜੀ। ਇਹਨਾਂ ਨੇ ਕੋਈ ਭਈਆਂ ਨੇ ਡਿਗਰੀਆਂ ਨਹੀਂ ਲਈਆਂ, ਕੋਈ ਇਹ ਬੜੀ ਪੜ੍ਹਾਈ ਲਿਖਾਈ ਬਾਹਰੋਂ ਕਰਕੇ ਨਹੀਂ ਆਏ, ਵੀ ਅਮਰੀਕਾ ਆਸਟ੍ਰੇਲੀਆ ਤੋਂ ਆਏ ਨੇ ਭਈਏ, ਵੀ ਸਾਨੂੰ ਪੰਜਾਬੀਆਂ ਨੂੰ ਜ਼ਿਆਦਾ ਸਮਝਾਉਣਗੇ। ਜਿਹੜਾ ਬੰਦਾ ਕਰੋੜਾਂ ਰੁਪਏ ਆਪਣੇ ਕਾਰੋਬਾਰ 'ਚ ਲਾ ਕੇ ਬੈਠਾ ਉਹ ਕਮਲਾ ਹੋਊਗਾ ਕੋਈ, ਜਿਹੜਾ ਤੁਹਾਡਾ ਭਈਆ ਸਮਝਾਊਗਾ ਵੀ ਕਿਹੜਾ ਕੰਮ ਕਿੱਧਰ ਹੋਣਾ। ਮਿਸਤਰੀ ਦਾ ਰੋਲ ਉਨੇ ਦਿਨ ਹੀ ਆ ਜਿੰਨੇ ਦਿਨ ਤੁਹਾਡੇ ਘਰ ਕੰਮ ਚੱਲਦਾ, ਉਹ ਤੋਂ ਬਾਅਦ ਤੁਸੀਂ ਚਾਹ ਕੇ ਵੀ ਬੁਲਾਓਗੇ, ਇੱਕ ਤੁਹਾਡੇ ਕਹਿਣੇ 'ਤੇ ਵੀ ਆਜੂਗਾ ਮਿਸਤਰੀ 'ਤੇ ਗੱਲ ਕਰਿਓ। ਅੱਜ ਜਿਹੜਾ ਬੰਦਾ ਤੁਹਾਨੂੰ ਗਰੰਟੀਆਂ ਦਿੰਦਾ ਨਾ ਤੁਹਾਡਾ ਭਈਆ, ਆਪਣਾ ਕੰਮ ਆ ਪ੍ਰੋਡਕਟ ਸਹੀ ਪਰਚੇਜ ਕਰਨਾ, ਸਾਡਾ ਰੋਲ ਇਹ ਰਹੂਗਾ ਵੀ ਮਟੀਰੀਅਲ ਸਹੀ ਦੇਵਾਂਗੇ। ਪਰ ਜੇ ਤੁਸੀਂ ਕਹੋਗੇ ਵੀ ਸਾਡਾ ਮਿਸਤਰੀ ਰਾਜੀ ਕਰ ਦਿਓ, ਫਿਰ ਜਾਂ ਚੁੱਪ ਕਰਕੇ ਜਿਹੜਾ ਮਿਸਤਰੀ ਤੁਹਾਨੂੰ ਦੁਕਾਨ ਕਹਿੰਦਾ ਉੱਥੇ ਜਾਓ, ਫਿਰ ਟਾਈਲਾਂ ਲਿਓ, ਇਤਰਾ ਤੁਸੀਂ ਕਜਾਰੀਆ ਵੀ ਲੈ ਗਏ ਤਾਂ ਉਹ ਵੀ ਉਹਨੇ ਕਹਿਣਾ ਵੀ ਉਹ ਵੀ ਨਹੀਂ ਸਹੀ। ਵੱਡੇ ਵੱਡੇ ਜਿਹੜੇ ਪੁੱਲ ਬਣਦੇ ਨੇ ਨਾ, ਫਲਾਈਓਵਰ ਬਣਦੇ ਨੇ, ਪਰਮਾਤਮਾ ਨਾ ਕਰੇ ਕਿੱਦਣ ਕੋਈ ਨੁਕਸਾ ਆ ਜਾਂਦਾ ਨਾ, ਉੱਥੇ ਇੰਜੀਨੀਅਰ ਨਹੀਂ ਜੀ ਲੱਭਦੇ ਤੁਹਾਡੇ, ਜਿਹਨੂੰ ਵੱਡੇ ਵੱਡੇ ਇੰਜੀਨੀਅਰ ਕਹਿੰਦੇ ਜੀ ਨਾ, ਇੰਜੀਨੀਅਰ ਨਹੀਂ ਲੱਭਦਾ ਤਾਂ ਤੁਸੀਂ ਭਈਏ ਕੋ ਕੀ ਕਰਾ ਲੈਣਾ ਜੀ, ਭਈਏ ਨੇ ਤੁਹਾਡੀ ਗਰੰਟੀ ਕਾਹਦੀ ਦੇ ਦੇਣੀ। ਇਹ ਗੱਲਾਂ ਮੇਰੀਆਂ ਨੋਟ ਕਰਕੇ ਚੱਲਿਓ, ਕਦੀ ਮਿਸਤਰੀ ਦੇ ਪਿੱਛੇ ਨਹੀਂ ਲੱਗਣਾ, ਕਿਸੇ ਆਰਕੀਟੈਕਟ ਦੇ ਪਿੱਛੇ ਨਹੀਂ ਲੱਗਣਾ। ਤੁਹਾਡਾ ਮਨ ਕਰਦਾ ਤੁਸੀਂ ਆਓ, ਤੁਸੀਂ ਗਰਾਊਂਡ ਲੈਵਲ 'ਤੇ ਚੀਜ਼ਾਂ ਵੇਖੋ, ਤੁਹਾਡਾ ਮਨ ਕਰੇ ਪਰਚੇਜ ਕਰੋ, ਤੁਹਾਡਾ ਨਹੀਂ ਮਨ ਕਰਦਾ ਛੱਡ ਜਾਓ। ਪਰ ਜੇ ਮਿਸਤਰੀ ਸਾਨੂੰ ਦੱਸਣਾ ਸ਼ੁਰੂ ਕਰ ਦੂਗਾ ਵੀ ਕਿਹੜੀ ਚੀਜ਼ ਚੰਗੀ ਕਿਹੜੀ ਮਾੜੀ, ਤਾਂ ਫਿਰ ਅਸੀਂ ਗੱਲ ਤੋਂ ਘਰ ਬਹਿ ਜਾਂਦੇ ਅਤੇ ਬਈਆਂ ਨੂੰ ਕਹਿੰਦੇ ਵੀ ਤੁਸੀਂ ਦੁਕਾਨਾਂ ਖੋਲ ਲਓ ਜੀ, ਫਿਰ ਪੰਜਾਬੀ ਆਪਾਂ ਪਿੱਛੇ ਹੋ ਜਾਂਦੇ ਹਾਂ। ਬਈਆਂ ਨੂੰ ਆਪਾਂ ਭੂਏ ਕਰੀਏ, ਪਰ ਜਿੰਨੀ ਕਿ ਇਹਨਾਂ ਦਾ ਬਜਟ ਉੱਥੇ ਕਿ ਕਰੋ, ਬਈਆਂ ਨੂੰ ਆਪਾਂ ਰਾਜੇ ਨਾ ਬਣਾਈਏ। ਹੁਣ ਇਹਨਾਂ ਦੀ ਸਟੇਟਮੈਂਟ ਕੀ ਸੀ, ਤੁਹਾਨੂੰ ਕੀ ਕਹਿੰਦਾ ਸੀ ਮਿਸਤਰੀ ਕਜਾਰੀਆ ਬਾਰੇ? ਕਹਿੰਦਾ ਕਿ ਉਹਦੇ ਵਿੱਚ ਜਿੱਦਾਂ ਆਉਣੀ ਊਚ ਨਹੀਂ ਬਟੰਪ ਹੋਣੀ। ਲਓ ਜੀ, ਊਚ ਨਹੀਂ ਕਹਿੰਦੇ, ਆ ਦੱਸਿਓ ਊਚ ਨਹੀਂ ਚ ਆ ਜਾਣੀ ਹੈ? ਹਲੇ ਬੈਂਡ ਆਊਗਾ ਜੀ, ਕਜਾਰੀਆ ਵਿੱਚ ਕਹਿ ਰਹੇ ਆ, ਕਜਾਰੀਆ ਵਿੱਚ ਸੁਣਾ ਸਰ, ਕੀ ਬਾਤ, ਕਜਾਰੀਆ ਚ ਊਚ ਨਹੀਂ ਚ ਆ ਜਾਣੀ ਹੈ ਤੇ ਜਿਹੜੀਆਂ ਲੋ ਕੰਪਨੀਆਂ ਉਹਦੇ ਚ ਊਚ ਨਹੀਂ ਆਉਣੀ, ਊਚ ਨਹੀਂ ਚ ਟਾਈਲਾਂ ਚ ਨਹੀਂ ਆਉਣੀ, ਊਚ ਨਹੀਂ ਚ ਤੁਹਾਡੇ ਮਿਸਤਰੀ ਚ ਆਉਣੀ। ਤੋ ਇਹਨਾਂ ਨੇ ਰੀਲ ਦੇ ਵਿੱਚ ਦੱਸਿਆ ਉਹ ਸੇਮ ਉਹ ਕੁਝ ਮਿਲਿਆ, ਉਦਾਂ ਡੀਲ ਕੀਤੀ ਇਹਨਾਂ ਨੇ, ਡਿਲੀਵਰੀ ਫ੍ਰੀ ਆ, ਘਰ ਆਪਣੇ ਮਾਲ ਪਹੁੰਚ ਜਾਏਗਾ। ਇਹਨਾਂ ਨੇ ਆਪਣੇ ਆਸੇ-ਪਾਸੇ ਸਟੱਡੀ ਵੀ ਕੀਤੀ ਹੈ, ਇਹਨਾਂ ਨੇ ਮੇਰੇ ਨਾਲ ਜਿਹੜੇ ਕਰੀ ਕੀਤਾ ਵੀ ਹਾਂ ਉੱਥੇ ਰੇਟ ਆ ਲਏ, ਮੈਂ ਕਿਹਾ ਜੋ ਭਾਜੀ ਤੁਸੀਂ ਕਹੋਗੇ ਉਹ ਦੇ ਦਿਆਂਗੇ। ਰੱਖੇ ਨਾ ਮੈਨੂੰ ਕੈਲਕੂਲੇਟਰ ਦੇ ਦਿੱਤਾ ਕਦੇ ਕਰ ਲਾ, ਕੈਲਕੂਲੇਟਰ ਇਹ ਪਹਿਲੀ ਦੁਕਾਨ ਹੋਣੀ ਜੇ ਮੇਰੀ, ਨੋਟ ਕਰ ਲਓ, ਮੈਂ ਕੈਲਕੂਲੇਟਰ ਇਹਨਾਂ ਨੂੰ ਦੇਤਾ, ਸਲਿੱਪ ਵੀ ਇਹਨਾਂ ਨੂੰ ਦੇਤੀ, ਮੈਂ ਕਿਹਾ ਭਾਜੀ ਆਪੇ ਰੇਟ ਬਣਾ ਲਓ, ਉਹ ਰੇਟ ਤੋਂ ਜ਼ਿਆਦਾ ਮੈਂ ਕੀ ਕਰ ਸਕਦਾ। ਕੀ ਬਾਤ, ਰੇਟ ਵਗੈਰਾ ਠੀਕ ਲੱਗੇ? ਬਹੁਤ ਜੈਨੂਇਨ ਜੀ, ਬਹੁਤ ਵਧੀਆ। ਜਿਹੜਾ 65-60 ਮਿਲਣਾ ਸਾਨੂੰ, ਆਪਣਾ 50 ਮਿਲਦਾ ਪਿਆ, ਕਿਆ ਕੁਝ ਸਾਨੂੰ 27 ਵੀ ਮਿਲਦਾ ਪਿਆ। ਕੋਈ ਵੀ ਭਰਾ ਸਾਡੀ ਵੀਡੀਓ ਦੇਖ ਕੇ ਆਉਂਦਾ, ਇੱਕ ਕਸਟਮਰ ਨਿਰਾਸ਼ ਨਹੀਂ ਜਾਣ ਦੇਵਾਂਗੇ, ਔਰ ਡੀਲ ਜਿਹੜਾ ਉਹ ਤੁਹਾਡੇ ਨਾਲ ਮੈਂ ਅੱਜ ਕਸਟਮਰ ਦੀ ਵੀਊ ਇਸ ਕਰਕੇ ਲਏ ਨੇ ਵੀ ਕਈ ਵਾਰੀ ਲੱਗਦਾ ਵੀ ਤੁਸੀਂ ਆਪਣੇ ਕੋਲੋਂ ਕੁਝ ਜੋੜਦੇ ਹੋਣੇ ਆ। ਪਹਿਲੀਆਂ ਵਾਲੀ ਦੁਕਾਨ ਦੇ ਵਿੱਚ ਫੇਰ ਆ ਗਏ ਜੀ, ਲਕਸ਼ਮੀ ਟਾਇਲ ਹਾਊਸ ਦੇ ਵਿੱਚ ਭਾਜੀ ਨੇ ਜੀ, ਮਨਿੰਦਰ ਭਾਜੀ, ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਮੋਸਟ ਵੈਲਕਮ ਜੀ ਫਿਰ ਤੋਂ ਤੁਹਾਡਾ। ਹਾਂਜੀ ਤੇ ਭਾਜੀ ਯਾਰ, ਪਿਛਲੀ ਵਾਰੀ ਜਿਹੜੇ ਆਫਰ ਸੀਗੇ ਸਾਰੇ ਚੱਲ ਰਹੇ ਆ? ਬਿਲਕੁਲ ਚੱਲਦੇ ਪਏ ਨੇ ਜੀ, ਜੋ ਆਹ ਤੁਹਾਡਾ ਨਾਂ ਅਨਾਊਂਸ ਕੀਤਾ ਹੈ ਵੀਡੀਓ ਦੇ ਵਿੱਚ, ਪਹੁੰਚ ਦੀ ਗੱਲ ਕੀਤੀ, ਪਹੁੰਚ ਦੇ ਰਹੇ ਹਾਂ, ਗੱਡੀ ਲੇਬਰ ਨਹੀਂ ਲੈਣੀ ਕੋਈ, ਉਹ ਵੀ ਤੁਹਾਨੂੰ ਅਸੀਂ ਫ੍ਰੀ ਦੇ ਰਹੇ ਹਾਂ ਜੀ। ਜੋ ਰੇਟ ਦੀ ਕਮਿਟਮੈਂਟ ਹੋਈ ਉਹ ਰੇਟਾਂ ਤੇ ਮਟੀਰੀਅਲ ਦੇ ਰਹੇ ਹਾਂ, ਇੱਕ ਪੈਸਾ ਇੱਧਰ ਉੱਧਰ ਨਹੀਂ ਅਸੀਂ ਕੀਤਾ ਜੀ ਕਿਸੇ ਕੰਮ ਦੀ। ਸ਼ੁਰੂਆਤ ਪਿਛਲੀ ਆਪਾਂ ਜਿਹੜੀ ਵੀਡੀਓ ਦੀ ਕੀਤੀ ਸੀ ਉਹ ਅਸੀਂ ਕੀਤੀ ਸੀ ਸਟਾਕ ਤੋਂ ਜੀ, ਅੱਜ ਅਸੀਂ ਸ਼ੁਰੂਆਤ ਲੱਗੇ ਹਾਂ ਕਰਨ ਸਾਡੇ ਡਿਸਪਲੇ ਤੋਂ। 2x6 ਦੀ ਟਾਈਲ ਜਿਹੜਾ ਪੂਰੀ ਮਾਰਕੀਟ 'ਚ ਕਿਸੇ ਕੋਲ ਸਾਈਜ਼ ਨਹੀਂ ਅਵੇਲੇਬਲ ਹੈ, ਆਹ ਚੈੱਕ ਕਰੋ ਸਰ ਜੀ, ਆਹ ਕਨਸੈਪਟ ਚੈੱਕ ਕਰਿਓ ਸਰ, ਇਹ ਟਾਈਲ ਹੈ ਕਿ ਮਾਰਬਲ ਹੈ? ਦੇਖਿਓ ਜੀ, ਮੇਰੇ ਸਾਨ ਆਪਣੀ ਦੋਵਾਂ ਦੀ ਹਾਈਟ ਨਾਲੋਂ ਵੱਡੀ ਟਾਈਲ ਹੈ ਜੀ, ਕੀ ਬਾਤ ਹੈ, ਬੰਦੇ ਤੋਂ ਵੀ ਉੱਚੀ ਟਾਈਲ ਆ ਗਈ, 6 ਫੁੱਟ ਲੰਬੀ ਟਾਈਲ ਆ ਗਈ ਹੈ ਜੀ ਇਹ, ਕੀ ਬਾਤ, ਔਰ 2 ਫੁੱਟ ਇਹਦੀ ਚੌੜਾਈ ਰਹਿਣੀ ਹੈ। ਇਹ ਜਦੋਂ ਆਪਣੀ ਫਲੋਰਿੰਗ ਲੱਗਣੀ ਹੈ ਜੀ, ਤੁਹਾਨੂੰ ਇਹ ਪੁੱਛਣਗੇ ਵੀ ਇਟਾਲੀਅਨ ਲੱਗਿਆ ਕਿ ਟਾਈਲ ਲਾਈ ਹੈ ਤੁਸੀਂ, ਇਹ ਚੀਜ਼ਾਂ ਚੈੱਕ ਕਰਿਓ ਸਰ, ਇਹ ਕਨਸੈਪਟ ਚੈੱਕ ਕਰਿਓ। ਇਹ ਓਨਐਕਸ ਮਾਰਬਲ ਦੀਆਂ ਫਸਟ ਕਾਪੀਆਂ ਬਣਵਾਈਆਂ ਨੇ ਜੀ ਕੰਪਨੀ ਨੇ, 2x6 ਦੇ ਵਿੱਚ। ਆਓ ਜੀ, ਇਹ ਹਾਈਲਾਈਟਰ ਚੈੱਕ ਕਰੋ ਸਰ, ਮੈਂ ਕਹਿੰਦਾ ਖੋਲ ਕਰਕੇ ਦਿਖਾਇਓ ਜੀ, ਹਾਈਲਾਈਟਰ ਦੀ ਗ੍ਰੇਸ, ਕੀ ਬਾਤ ਹੈ, ਇਹਦੇ ਤੇ ਸਾਡੇ ਕੋਲ ਬੜੀ ਰੇਂਜ ਤੁਹਾਨੂੰ ਹੋਰ ਦੇਖਣ ਨੂੰ ਮਿਲਣੀ ਹੈ, ਸਾਰਾ ਇੰਪੋਰਟਡ ਹਾਈਲਾਈਟਰ ਹੈ, ਸ਼ਾਈਨ ਕਰ ਰਹੇ ਨੇ, ਇਹ ਚੀਜ਼ਾਂ ਦੇਖਿਓ ਤੁਸੀਂ, ਇੱਕ ਇੱਕ ਪੀਸ ਸ਼ਾਈਨ ਕਰੂਗਾ, ਔਰ ਇਹ ਤੁਹਾਨੂੰ ਮਿਲਣਾ ਹੈ ਲਕਸ਼ਮੀ ਟਾਈਲ ਤੇ ਜੀ। ਇਹ ਭਾਜੀ ਮਹਿੰਗੀ ਤਾਂ ਨਹੀਂ ਬਹੁਤੀ ਜ਼ਿਆਦਾ ਜੀ? ਸਰ ਇਹ ਤੁਹਾਡੀ ਸੋਚ ਨੂੰ ਸਸਤੀ ਕਰ ਦਿਆਂਗੇ ਜੀ, ਕੀ ਬਾਤ ਹੈ, ਜੋ ਤੁਸੀਂ ਐਕਸੈਪਟ ਕਰੋਗੇ ਉਹਦੇ ਨੂੰ ਸਸਤੀ ਕਰ ਦਿਆਂਗੇ ਜੀ। ਹੋਰ
ਅਸੀਂ ਇਹਦਾ ਰੇਟ ਜਿਹੜਾ ਲਕਸ਼ਮੀ ਟਾਇਲ ਤੇ ਕੱਢਾਂਗੇ ਜੀ 50 ਰੁਪਏ ਤੋਂ ਲੈ ਕੇ ਤੇ 70 ਰੁਪਏ ਦੇ ਅੰਦਰ ਅੰਦਰ ਕੱਢਾਂਗੇ। ਇਹ ਰੇਟਾਂ ਦੇ ਵਿੱਚ 2x4 ਮਿਲਦੀ ਹੈ ਜਿਸ ਰੇਟਾਂ 'ਚ ਅਸੀਂ ਆਹ ਦੇ ਦੇਣਾ ਜੀ ਤੁਹਾਨੂੰ। ਕੁਆਲਿਟੀ ਸਰ ਸਾਰੀ ਇਹਦੀ ਪ੍ਰੀਮੀਅਮ ਰਹਿਣੀ ਹੈ ਜੀ, ਜਿਹਨੂੰ ਫਸਟ ਕੁਆਲਿਟੀ ਆਪਾਂ ਕਹਿੰਦੇ ਹਾਂ, ਪ੍ਰੀਮੀਅਮ ਕੁਆਲਿਟੀ ਰਹੂਗੀ। ਆਹ ਗੱਡੀ ਤੁਹਾਡੇ ਸਾਹਮਣੇ ਲੱਦੀ ਪਈ ਹੈ, ਆਓ ਜੀ ਤੁਹਾਨੂੰ ਦਿਖਾਈਏ। ਓਕੇ ਜੀ, ਇਹ ਦੇਖੋ ਜੀ ਸਾਰਾ ਹੀ ਪ੍ਰੀਮੀਅਮ ਮਾਲ ਹੈ ਜੀ, ਤੁਸੀਂ ਚੈੱਕ ਕਰ ਸਕਦੇ ਹੋ। ਬਾਕੀ ਜਿਹੜੀ ਸਾਡੀ ਟਾਈਲਾਂ ਦੀ ਸ਼ੁਰੂਆਤ ਹੈ ਜੀ, ਉਹ ਸਾਡੀ ਸਟਾਰਟਿੰਗ ਤਾਂ 20 ਰੁਪਏ ਫੁੱਟ ਤੋਂ ਜਾਣੀ ਹੈ ਜੀ। ਉਹ ਤੁਹਾਨੂੰ ਅਸਾਂ ਪਹਿਲੇ ਵੀ ਦੱਸਿਆ ਹੋਇਆ ਜੀ ਵੀ ਜੇ ਕੋਈ ਸਾਡਾ ਮਤਲਬ ਭਰਾ ਇਹ ਅਫੋਰਡ ਨਹੀਂ ਕਰ ਪਾਉਂਦਾ ਤੇ ਉਹ 20 ਰੁਪਏ ਫੁੱਟ ਤੋਂ ਵੀ ਟਾਈਲਾਂ ਸ਼ੁਰੂ ਹੋ ਸਕਦੀਆਂ ਨੇ ਜੀ ਸਾਡੇ ਕੋਲ। ਅਸੀਂ ਕੋਈ ਨਾ ਕੋਈ ਯੂਨੀਕ ਚੀਜ਼, ਕੋਈ ਨਵੀਂ ਚੀਜ਼ ਜਿਹੜੀ ਹੈ ਸਾਡੀ ਕੋਸ਼ਿਸ਼ ਰਹਿੰਦੀ ਹੈ ਸਾਡੇ ਭਰਾਵਾਂ ਨੂੰ ਜਿਹੜੇ ਸਾਡੀ ਫੈਮਿਲੀ ਦੇ ਹਿੱਸੇ ਨੇ ਉਹਨਾਂ ਕੁਛ ਨਾ ਕੁਛ ਚੰਗੀ ਚੀਜ਼ ਔਰ ਚੰਗੀ ਡੀਲ ਦਿੱਤੀ ਜਾਵੇ। ਅੰਮ੍ਰਿਤਸਰ ਦੇ ਵਿੱਚ ਤੁਸੀਂ ਸਾਨੂੰ ਦੱਸਿਓ ਕਿ ਜਿਹੜੀਆਂ ਅਸੀਂ ਡੀਲ ਤੁਹਾਨੂੰ ਦਿੰਦੇ ਹਾਂ ਸੱਚੀ ਮੁੱਚੀ ਕੁਛ ਉਹਦੇ ਵਿੱਚ ਤੁਹਾਨੂੰ ਬੈਨੀਫਿਟ ਹੁੰਦਾ ਹੈ ਕਿ ਨਹੀਂ, ਔਰ ਇਹ ਸੀ ਜੀ ਇੱਕ ਨਵਾਂ ਇੱਕ ਹੋਰ ਨਗੀਨਾ। ਅੱਗੇ ਦੱਸੋ ਭਾਜੀ ਤੁਹਾਡੀ ਵੀਡੀਓ ਹੋਣੀ ਆ ਪੂਰੇ ਪੰਜਾਬ ਬੈਲਟ ਦੀ, ਜਿਨ੍ਹਾਂ ਦੇ ਪੇਜ ਤੋਂ 2x6 ਲਾਂਚ ਹੋਈ ਹੋਵੇ। ਹੁਣ ਇਹਨਾਂ ਤੋਂ ਬਾਅਦ ਕੋਈ ਲਾਂਚ ਕਰ ਦੇਵੇ ਤਾਂ ਉਹਦੇ ਬਾਰੇ ਮੈਂ ਕਹਿ ਨਹੀਂ ਸਕਦਾ। ਹੁਣ ਉਹ ਗੱਡੀਆਂ ਲੱਦੀਆਂ ਪਈਆਂ ਨੇ ਜੀ, ਡਾਇਰੈਕਟ ਫੈਕਟਰੀ ਤੋਂ ਪਰਚੇਜ ਹੈ ਮੇਰੀ ਜੀ। ਜਦੋਂ ਡਾਇਰੈਕਟ ਤੁਸੀਂ ਫੈਕਟਰੀ ਤੋਂ ਕੋਈ ਚੀਜ਼ ਲੈ ਕੇ ਆਉਂਦੇ ਹੋ, ਉਹਦੇ ਵਿੱਚ ਕਿਸੇ ਦੂਸਰੇ ਬੰਦੇ ਦਾ ਕੋਈ ਓਵਰ ਖਰਚਾ ਨਹੀਂ ਹੁੰਦਾ। ਮੈਂ ਤਾਂ ਇਹ ਵੀਡੀਓ 'ਚ ਵੀ ਤੁਹਾਨੂੰ ਇਹੋ ਕਿਹਾ ਵੀ ਹਾਂ ਡਾਇਰੈਕਟ ਫੈਕਟਰੀ ਤੋਂ ਲੈਣਾ ਤੇ ਤੁਹਾਡੇ ਘਰ ਪਹੁੰਚਾ ਦੇਣਾ। ਸਾਡੀ ਡਿਲੀਵਰੀ ਪੂਰੇ ਪੰਜਾਬ ਬੈਲਟ ਦੇ ਵਿੱਚ ਫ੍ਰੀ ਹੈ। ਇਹ ਅਸੀਂ ਉਹਨਾਂ ਨੂੰ ਕਰਨਾ ਜਿਹੜਾ ਸਾਡਾ ਲਕਸ਼ਮੀ ਟਾਇਲ ਦਾ ਪੇਜ ਫੋਲੋ ਕਰਦਾ ਇੰਸਟਾ ਦਾ, ਔਰ ਜਿਹੜਾ ਸਾਡੀ ਵੀਡੀਓ ਲਾਈਕ ਕਰਕੇ ਆਉਂਦਾ, ਸ਼ੇਅਰ ਕਰਕੇ ਆਉਂਦਾ, ਉਹਨੂੰ ਅਸੀਂ ਘਰ ਤੱਕ ਪੂਰੀ FOR ਦੇਵਾਂਗੇ। ਗੱਡੀ ਲੇਬਰ ਫ੍ਰੀ ਦਿੱਤੀ ਜਾਊਗੀ ਜੀ, ਇੱਕ ਪੈਸਾ ਨਹੀਂ ਲਿਆ ਜਾਊਗਾ। ਡਰਾਇੰਗ ਰੂਮ ਸਾਡੇ ਬਣੇ ਨੇ, ਉਹ ਕਸਟਮਰ ਵੀਡੀਓ ਕਾਲ ਕਰਕੇ ਵਿਖਾ ਦਿੰਦੇ ਨੇ ਵੀ ਆਹ ਕਨਸੈਪਟ ਬਣਨਾ। ਔਰ ਖੁਦ ਕੁਛ ਬੰਦੇ ਨੂੰ ਆਪ ਨੂੰ ਵੀ ਹੁੰਦਾ ਵੀ ਮੈਂ ਆਪ ਵੀ ਜਾ ਕੇ ਵੇਖ ਕੇ ਆਵਾਂ ਵੀ ਬੈਡਰੂਮ ਜਦੋਂ ਰੈਡੀ ਹੁੰਦਾ ਜਾਂ ਡਰਾਇੰਗ ਰੂਮ ਰੈਡੀ ਕਰਦੇ ਆ ਉਹਦੀ ਫੀਲ ਕੀ ਆ ਸਕਦੀ। ਸਵੇਰੇ ਉੱਠ ਕੇ ਸਾਨੂੰ ਆਪਣਾ ਰੂਮ ਜਿਹੜਾ ਵਧੀਆ ਨਹੀਂ ਲੱਗੂਗਾ ਉੱਠ ਕੇ, ਤਾਂ ਸਾਰਾ ਦਿਨ ਖਰਾਬ ਹੋ ਸਕਦਾ। ਤੁਹਾਨੂੰ ਇੱਥੇ ਪਤਾ ਲੱਗ ਜੂਗਾ ਕਿ ਤੁਹਾਡਾ ਰੂਮ ਇਸ ਹਿਸਾਬ ਦਾ ਬਣ ਜੂਗਾ ਜੀ। ਇਹ ਹੈ ਜੀ ਬੈਨੀਫਿਟ ਜਿਵੇਂ ਸਾਡੇ ਭਾਜੀ ਕਹਿ ਰਹੇ ਨੇ ਪਿੰਡ ਦੇ ਵਿੱਚ ਆਉਣ ਦਾ। ਇਸ ਲੋਕੇਸ਼ਨ ਤੇ ਆਉਣਾ ਹੀ ਆਪਣੇ ਵਾਸਤੇ ਬੜੀ ਵੱਡੀ ਗੱਲ ਹੈ। ਮਾਲ ਲੈਣਾ ਨਹੀਂ ਲੈਣਾ ਇੱਕ ਬਾਅਦ ਦੀ ਗੱਲ ਆ, ਤੁਹਾਨੂੰ ਅੰਦਰ ਦਾ ਵੀ ਇੱਕ ਵਾਰੀ ਝਾਤੀ ਮਰਵਾ ਕੇ ਵੇਖੋ, ਆ ਬਾਹਰ ਤੱਕ ਵੀ ਆਓ ਜੀ, ਤੁਹਾਨੂੰ ਦਿਖਾਈਏ ਇੱਕ ਮਿੰਟ। ਕਈ ਵਾਰੀ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਨਾਲ ਇਤਰਾ ਲੱਗਦਾ ਵੀ ਕੋਈ ਫੰਕਸ਼ਨ ਤਾਂ ਨਹੀਂ ਚੱਲਦਾ ਪਿਆ ਤੁਹਾਡੇ ਅੰਦਰ। ਤੁਸੀਂ ਇੱਥੋਂ ਲੈ ਕੇ ਤੋੜ ਇੱਧਰ ਨੂੰ ਲੈਣਾ ਲੱਗ ਜਾਣੀਆਂ ਜੀ ਗੱਡੀਆਂ ਦੀਆਂ, ਇੱਧਰੋਂ ਸ਼ੁਰੂ ਹੋ ਗਏ ਉਹ ਅੱਗੇ ਤੱਕ ਲੈਣਾ ਲੱਗ ਜਾਣੀਆਂ ਜੀ। ਇਹ ਸਾਰੇ ਭਰਾ ਸਾਡੇ ਦੂਰ ਨੇੜੇ ਤੋਂ ਚੱਲ ਕੇ ਆਏ ਨੇ। ਲੋਕਲ ਤੇ ਆਪਣੇ ਕੋਈ ਹੈ ਹੀ ਹੈ, ਕੋਈ ਗੁਰਦਾਸਪੁਰ ਤੋਂ ਆਇਆ, ਕੋਈ ਧਾਰੀਵਾਲ ਤੋਂ ਆ ਰਿਹਾ ਵਾ, ਕੋਈ ਆਪਣਾ ਫਿਰੋਜ਼ਪੁਰ ਬੈਲਟ ਤੋਂ ਆ ਰਿਹਾ। ਕਸਟਮਰ ਸਾਰੇ ਦੂਰ ਨੇੜੇ ਤੋਂ ਵੀ ਆਪਣੇ ਕੋਲ ਚੱਲ ਕੇ ਆ ਰਹੇ ਨੇ, ਔਰ ਤੁਹਾਨੂੰ ਇੱਥੇ ਫੀਲ ਬਿਲਕੁਲ ਖੇਤਾਂ ਵਾਲੀ ਆਉਣੀ ਆ ਜੀ। ਬੈਕ ਨੂੰ ਝਾਤੀ ਮਾਰ ਕੇ ਦੇਖੋ ਤਾਂ ਪੂਰੇ ਖੇਤ ਹੀ ਖੇਤ ਪੈਲੀਆਂ ਨਜ਼ਰ ਆਉਣੀਆਂ ਨੇ ਜੀ। ਡੈਫੀਨੇਟ, ਔਰ ਇਹ ਪੈਲੀਆਂ ਮੇਰੇ ਹਿਸਾਬ ਨਾਲ ਪੂਰੇ ਪੰਜਾਬ ਬੈਲਟ 'ਚ ਕਿਤੇ ਆਪਣਾ ਹੀ ਡਿਸਪਲੇ ਸੈਂਟਰ ਹੋਣਾ ਜਿਹੜਾ ਆਪਣੀ ਪੈਲੀਆਂ ਦੇ ਵਿੱਚ ਬੈਠਾ ਨਜ਼ਰ ਆਊਗਾ। ਦੁਕਾਨਦਾਰ ਨਹੀਂ ਤੇ ਹਰ ਇੱਕ ਦੁਕਾਨਦਾਰ ਚਾਹੁੰਦਾ ਵੀ ਉਹਦੀ ਦੁਕਾਨ ਮਾਰਕੀਟ ਦੇ ਵਿੱਚ ਹੋਵੇ ਜੀ। ਜੀ, ਤੁਸੀਂ ਡੀਲ ਬੈਸਟ ਕਰੋਗੇ ਤੇ ਤੁਹਾਡੇ ਕੋਲ ਜੰਗਲ 'ਚ ਵੀ ਕਸਟਮਰ ਚੱਲ ਕੇ ਆਜੂਗਾ। ਜੇ ਗਲਤ ਚੱਲੋਗੇ ਤੇ ਤੁਹਾਡੇ ਕੋਲ ਸ਼ਹਿਰ 'ਚ ਵੀ ਨਹੀਂ ਕਿਸੇ ਨੇ ਆਉਣਾ। ਮੇਰੀ ਗੱਲ ਨੋਟ ਕਰ ਲਿਓ, ਕੋਈ ਵੀ ਸਾਡਾ ਕਸਟਮਰ ਭਰਾ ਜਿਹੜੇ ਚੱਲ ਕੇ ਆ ਰਹੇ ਨੇ ਉਹਨਾਂ ਦਾ ਟਾਈਮ ਵੇਸਟ ਨਹੀਂ ਹੋ ਰਿਹਾ, ਕਿਉਂਕਿ ਉਹਨਾਂ ਨੂੰ ਲਾਈਵ ਕਨਸੈਪਟ ਦੇਖਣ ਨੂੰ ਮਿਲਦੇ ਪਏ ਨੇ। ਜੀ, ਮਤਲਬ ਜਿੱਦਾਂ ਜੇ ਬਾਥਰੂਮ ਹੈ ਤਾਂ ਇਦਾਂ ਦਾ ਬਣ ਜਾਣਾ ਸਾਡਾ ਪੂਰਾ ਸਰ। ਜੋ ਤੁਸੀਂ ਦੇਖਦੇ ਪਏ ਹੋ ਸੇਮ ਬਣਾ ਦੇਣਾ ਜੀ ਅਸੀਂ। ਕਿਆ ਬਾਤ ਹੈ, ਜੋ ਤੁਸੀਂ ਦੇਖਿਆ ਸੇਮ ਚੀਜ਼ ਬਣ ਜਾਣੀ ਹੈ ਜੀ ਆਪਣੇ ਕੋਲੋਂ। ਬਾਕੀ ਸਾਡੇ ਕੋਲ ਰੈਡੀ ਜਿਹੜਾ ਵਾਸ਼ਰੂਮ ਤੁਹਾਨੂੰ ਲਾਈਵ ਦੇਖਣ ਨੂੰ ਮਿਲਣਗੇ, ਜਿਹੜਾ ਤੁਹਾਨੂੰ ਪਿਛਲੀ ਵਾਰੀ ਇਹਨਾਂ ਦੱਸਿਆ ਸੀ ਜੀ। ਤੁਹਾਨੂੰ ਇੱਕ ਇੱਕ ਕਨਸੈਪਟ ਅਸੀਂ ਲਾ ਕੇ ਦਿਖਾਵਾਂਗੇ ਜੀ, ਜਿਹੜੀਆਂ ਆਮ ਸਾਨੂੰ ਨਹੀਂ ਦੇਖਣ ਨੂੰ ਮਿਲਦਾ ਹੈ। ਦੇਖੋ ਸਰ ਤੁਸੀਂ, ਕਿਆ ਬਾਤ, ਸਾਰੇ ਕਨਸੈਪਟ ਸਾਡੇ ਕੋਲ ਪ੍ਰੋਪਰ ਰੈਡੀ ਨੇ ਜੀ। ਹੋਰ ਰੇਂਜ ਦੇਖਣੀ ਚਾਹੁੰਦੇ ਹੋ, ਹੋਰ ਰੇਂਜ ਵੀ ਤੁਸੀਂ ਦੇਖ ਸਕਦੇ ਹੋ ਜੀ। ਸਰ ਇਹ ਦੇਖੋ ਜੀ, ਜੀ ਇਹ ਬੈਡਰੂਮ ਜਿੱਦਾਂ ਮੈਂ ਤੁਹਾਡੇ ਨਾਲ ਪਹਿਲੇ ਜ਼ਿਕਰ ਕੀਤਾ ਪਿਛਲੀ ਵੀਡੀਓ 'ਚ ਵੀ ਦਿਖਾਇਆ ਸੀ, ਇਹਦੇ 'ਚ ਵੀ ਇਹ ਬੈਡਰੂਮ ਵਗੈਰਾ ਵੀ ਸਾਡੇ ਕੋਲ ਪ੍ਰੋਪਰ ਸੈਟਅਪ 'ਚ ਨੇ। ਇਹ ਦੇਖੋ ਸਰ, ਲਾਈਵ ਕਨਸੈਪਟ ਦੇ ਵਿੱਚ ਤੁਸੀਂ ਫੀਲ ਲੈ ਸਕਦੇ ਹੋ। ਟੀਵੀ ਔਨ ਹੈ ਜੀ ਤੁਹਾਡੇ ਪਿੱਛੇ, ਮੈਂ ਕਹਿੰਦਾ ਕੈਮਰਾ ਮਾਰ ਕੇ ਦਿਖਾਇਆ ਜਾਏ ਜੀ। ਜੀ, ਹੁਣ ਤੁਹਾਨੂੰ ਲੱਗਦਾ ਨਾ ਆਪਾਂ ਘਰ ਹੀ ਬੈਠ ਗਏ ਹਾਂ। ਕਿਆ ਬਾਤ ਹੈ, ਪਿਛਲੀ ਵਾਰੀ ਵੀ ਦੱਸਿਆ ਸੀ, ਹੁਣ ਵੀ ਦੱਸ ਰਹੇ ਹਾਂ ਜੀ। ਇਹ ਚੀਜ਼ਾਂ ਤੁਹਾਨੂੰ ਆਮ ਕਿਤੇ ਡਿਸਪਲੇ ਸੈਂਟਰ 'ਚੋਂ ਨਹੀਂ ਦੇਖਣ ਨੂੰ ਮਿਲਣੀਆਂ, ਆਪਣੇ ਆਸੇ ਪਾਸੇ ਸਟੱਡੀ ਜ਼ਰੂਰ ਕਰ ਲਿਓ ਜੀ। ਔਰ ਇੱਕ ਚੀਜ਼ ਮੈਂ ਤੁਹਾਡੇ ਨਾਲ ਹੋਰ ਜ਼ਿਕਰ ਕਰਨਾ ਚਾਹੁੰਦਾ ਜੀ,
ਉਹ ਵੀ ਮੇਰੀ ਜ਼ਰੂਰ ਨੋਟ ਕਰਿਓ। ਇਹਦੇ ਵਿੱਚ ਟਾਇਲ ਦੇ ਵਿੱਚ ਸਮਝ ਤੋਂ ਪਰੇ ਰੇਂਜ ਆ ਗਈ ਆ, ਸਮਝ ਤੋਂ ਪਰੇ ਵਰਾਇਟੀ ਆ ਗਈ ਆ। ਤੁਸੀਂ ਜਦ ਵੀ ਟਾਇਲ ਪਰਚੇਜ ਕਰਨੀ ਆ ਆਪਣੇ ਆਸ ਪਾਸ ਉਸ ਡੀਲਰ ਕੋਲ ਪਰਚੇਜ ਕਰੋ ਜਿਹਦੇ ਕੋਲ ਰੇਂਜ ਬਲਕ ਦੇ ਵਿੱਚ ਹੋਵੇ, ਨਾ ਕਿ ਉਹਦੇ ਕੋਲ ਪਰਚੇਜ ਕਰੋ ਜਿਹੜਾ ਚਾਰ ਟਾਇਲਾਂ ਲੈ ਕੇ ਬੈਠ। ਜਿਹਦੇ ਕੋਲ ਰੇਂਜ ਪੂਰੀ ਹੋ ਗਈ ਉਹ ਕਦੀ ਵੀ ਤੁਹਾਨੂੰ ਚੱਕਰ ਚ ਨਹੀਂ ਪਾਊਗਾ ਦੁਕਾਨਦਾਰ ਜੀ, ਤੇ ਜਿਹਦੇ ਕੋਲ ਹੈ ਕੁਛ ਨਹੀਂ ਉਹਦੇ ਕੋਲ ਜੋ ਹੈਗਾ ਉਹਨੇ ਕਹਿਣਾ ਇਹੀ ਓਕੇ। ਅਸੀਂ ਕਜਾਰੀਆ ਚ ਵੀ ਨਵੀਂ ਰੇਂਜ ਦੇ ਰਹੇ ਹਾਂ ਜੀ, ਇਹ ਸਾਡੀ ਪਿਛਲੀ ਵੀਡੀਓ ਜੇ ਤੁਸੀਂ ਇਹ ਕਨਸੈਪਟ ਨਹੀਂ ਦੇਖੇ ਜੀ ਜਿਹੜੇ ਤੁਹਾਨੂੰ ਹੁਣ ਅਸੀਂ ਦਿਖਾ ਰਹੇ ਹਾਂ ਜੀ। ਇਹ ਸਾਰੀ ਨਵੀਂ ਰੇਂਜ ਆ ਗਈ ਹੈ ਜੀ ਕਜਾਰੀਆ ਦੀ, 2.5x 5.5 ਦੀ ਟਾਇਲ ਹੈ ਜੀ। ਇਹ ਚੀਜ਼ਾਂ ਚੈੱਕ ਕਰਿਓ ਸਰ, ਇਹ ਤੁਸੀਂ ਪਿਛਲੀ ਵੀਡੀਓ ਚ ਨਹੀਂ ਦੇਖੀਆਂ। ਸਾਡੇ ਕੋਲ ਜਦ ਵੀ ਆਓਗੇ ਤੁਹਾਨੂੰ ਕੁਛ ਨਾ ਕੁਛ ਪਹਿਲੇ ਨਾਲੋਂ ਨਈ ਚੀਜ਼ ਸਾਡੀ ਦੁਕਾਨ ਤੇ ਦੇਖਣ ਨੂੰ ਮਿਲੂਗੀ ਜਿਹੜੀਆਂ ਆਮ ਚੀਜ਼ਾਂ ਸਾਨੂੰ ਦੁਕਾਨ ਤੇ ਨਹੀਂ ਦੇਖਣ ਨੂੰ ਮਿਲਦੀਆਂ। ਆਹ ਕਨਸੈਪਟ ਸਰ ਚੈੱਕ ਕਰਿਓ, ਇਹ ਸਾਰੇ ਨਏ ਕਨਸੈਪਟ ਨੇ। ਨਵਾਂ ਕੁਛ ਨਾ ਕੁਛ ਸਾਡਾ ਅਪਡੇਟ ਹੁੰਦਾ ਰਹਿੰਦਾ, ਉਹ ਸਾਡਾ ਲਕਸ਼ਮੀ ਟਾਇਲ ਅੰਮ੍ਰਿਤਸਰ ਦਾ ਪੇਜ ਉਹਨੂੰ ਫੋਲੋ ਕਰ ਛੱਡੋ, ਤੁਹਾਨੂੰ ਨਈ ਨਈ ਅਪਡੇਟ ਘਰ ਬੈਠੇ ਮਿਲਦੀ ਰਹੂਗੀ ਜੀ। ਇਹ ਵੀ ਦੇਖੋ ਸਰ, ਇਹ ਕੀ ਚੀਜ਼ ਆ ਜੀ? ਇਹ ਵੀ ਸਰ ਟਾਇਲ ਹੈ ਜੀ, ਪਰ ਇਹਦੀ ਲੁੱਕ ਜਿਹੜੀ ਦਿਖਾਈ ਗਈ ਹੈ ਪੂਰੀ ਮਾਰਬਲ ਦੀ ਦਿਖਾਈ ਗਈ ਹੈ, ਰੇਸ਼ੇ ਨਾਲ ਰੇਸ਼ਾ ਇਹਦਾ ਮੈਚ ਹੋ ਜਾਣਾ, ਪੂਰਾ ਤੁਹਾਨੂੰ ਮਾਰਬਲ ਫੀਲ ਆਊਗਾ ਜੀ। ਬਾਕੀ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਵੀ ਦੇਖਿਆ ਸੀ, ਇਹ ਸਾਡੀ ਕਜਾਰੀਆ ਦੀ ਗੈਲਰੀ ਹੈ। ਕਜਾਰੀਆ 'ਚ ਵੀ ਪੂਰੀ ਰੇਂਜ ਆ ਸਾਡੇ ਕੋਲ ਟਾਇਲਾਂ ਦੇ ਵਿੱਚ, ਮਿਡਲ ਦੇ ਵਿੱਚ ਵੀ ਸਾਡੇ ਕੋਲ ਪੂਰੀ ਰੇਂਜ ਆ, ਬੇਸ ਜਿਹੜਾ ਜਿਹਨੂੰ ਆਪਾਂ ਟਾਇਲ ਕਹਿੰਦੇ ਆ ਮਿਡਲ ਰੇਂਜ, ਲੋ ਬਜਟ ਵਾਲੀ ਟਾਇਲ, ਉਹਦੇ 'ਚ ਵੀ ਸਾਡੇ ਕੋਲ ਬੜੀ ਨਵੀਂ ਰੇਂਜ ਹੈ ਜੀ। ਇੱਕ ਵਾਰੀ ਜਦੋਂ ਵੀ ਤੁਸੀਂ ਲਾਈਫ 'ਚ ਟਾਇਲ ਪਰਚੇਜ ਕਰਨੀ ਆ, ਇੱਕ ਵਾਰੀ ਮੇਰੇ ਕੋਲ ਵਿਜ਼ਿਟ ਜ਼ਰੂਰ ਕਰੋ। ਟਾਇਲ ਪਰਚੇਜ ਕਰਨੀ ਨਹੀਂ ਕਰਨੀ ਮੈਂ ਬੜੀ ਵਾਰ ਇਹ ਵੀਡੀਓ 'ਚ ਰਿਪੀਟ ਕਰਦਾ ਵੀ ਲੈਣੀ ਨਹੀਂ ਲੈਣੀ ਉਹ ਤੁਹਾਡੀ ਚੋਇਸ ਹੈ, ਪਰ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਿਓ। ਔਰ ਆਪਣੇ ਜਦੋਂ ਵੀ ਟਾਇਲ ਪਰਚੇਜ ਕਰਨੀ, ਮੈਂ ਪਹਿਲਾਂ ਵੀ ਕਿਹਾ ਵੀ 10 ਦੁਕਾਨਾਂ ਘੁੰਮ ਕੇ ਆਇਓ ਮੇਰੇ ਕੋਲ, ਕਿਉਂਕਿ ਤੁਸੀਂ ਮੇਰੇ ਕੋਲ ਲੈਣ ਆਉਣਾ, ਮੇਰਾ ਟਾਈਮ ਵੇਸਟ ਨਹੀਂ ਕਰਨ ਆਉਣਾ ਜੀ, ਤੇ ਮੈਂ ਜੋ ਡੀਲ ਤੁਹਾਨੂੰ ਦੇ ਦੇਣੀ ਹੈ ਉਹ ਤੁਹਾਨੂੰ ਕਿਸੇ ਨਹੀਂ ਜੇ ਦੇਣੀ, ਭਾਵੇਂ ਆਪ ਦੇ ਆਸ ਪਾਸ ਟੋਟਲ ਸਟੱਡੀ ਕਰਕੇ ਆ ਜਾਓ ਜੀ, ਔਰ ਕਿਸੇ ਬੰਦੇ ਨੂੰ ਇੱਕ ਪੈਸਾ ਇਸ ਦੁਕਾਨ ਤੋਂ ਐਕਸਟਰਾ ਨਹੀਂ ਜੇ ਜਾਣਾ ਹੈ। ਮੇਰੀ ਗੱਲ ਨੋਟ ਕਰ ਲਿਓ, ਕੋਈ ਤੁਹਾਡਾ ਮਿਸਤਰੀ ਰਾਜੀ ਨਹੀਂ ਜੇ ਇਹ ਕਰਨਾ, ਕਿਸੇ ਨੂੰ ਕੁਛ ਨਹੀਂ ਜੇ ਮਿਲਣਾ। ਡੀਲ ਬੈਸਟ ਮਿਲੂਗੀ, ਰੇਟ ਬੈਸਟ ਮਿਲਣਗੇ, ਕੁਆਲਿਟੀ ਬੈਸਟ ਮਿਲੂਗੀ, ਘਰ ਤੱਕ ਮੇਰੀ ਸਰਵਿਸ ਬੈਸਟ ਹੋਊਗੀ। ਲੱਭਣਾ ਕਿਸੇ ਨੂੰ ਕੁਛ ਨਹੀਂ ਜੇ ਮੇਰੇ ਕੋਲੋਂ, ਡਾਇਰੈਕਟ ਆਓ ਤੇ ਡਾਇਰੈਕਟ ਮਾਲ ਲੈ ਜਾਓ, ਕੋਈ ਮਿਸਤਰੀ ਨਹੀਂ ਲਿਆਉਣ ਦੀ ਲੋੜ ਆਪਦੇ ਨਾਲ। ਬਾਕੀ ਜਦੋਂ ਵੀ ਸਰ ਤੁਸੀਂ ਮੇਰੇ ਕੋਲ ਵਿਜ਼ਿਟ ਕਰਨਾ ਵਾ, ਜਦੋਂ ਵੀ ਤੁਹਾਡੇ ਕੋਲੇ ਵੀਡੀਓ ਪਹੁੰਚਦੀ ਹੈ, ਜ਼ਰੂਰ ਇੱਕ ਵਾਰੀ ਇਹਨੂੰ ਸ਼ੇਅਰ ਕਰੋ ਆਪਣੇ ਸਰਕਲ 'ਚ, ਆਪਣੇ ਫਰੈਂਡ ਸਰਕਲ ਦੇ ਵਿੱਚ, ਵੀ ਟਾਇਲ ਤੁਹਾਡੇ ਘਰ ਲਾਈਫ 'ਚ ਇੱਕ ਵਾਰੀ ਲੱਗਣੀ ਹੈ, ਮੁੜ ਨਹੀਂ ਲੱਗਣੀ। ਤੇ ਜੇ ਬੈਸਟ ਚੋਇਸ ਆਪਾਂ ਬੈਸਟ ਰੇਟ ਤੇ ਕਰਦੇ ਹਾਂ, ਤੇ ਕਮ ਸੇ ਕਮ 10-15 ਸਾਲ ਤੋਂ ਉਠਾ ਆਪਣੀ ਟਾਇਲ ਯੂਜ਼ ਕਰਨੀ ਹੈ, ਤੇ ਉਹ ਆਪਾਂ ਗਲਤ ਕੋਈ ਚੀਜ਼ ਪਰਚੇਜ ਕਰਕੇ ਇਹ ਨਾ ਹੋਵੇ ਵੀ ਸਾਰੀ ਲਾਈਫ ਹੀ ਉਹਦੀ ਖਰਾਬ ਹੋ ਜਾਵੇ। ਆਉਣਾ ਕਿਹੜੀ ਜਗ੍ਹਾ ਜੀ? ਦੇਖੋ ਜੀ, ਇਹਦੇ ਲਈ ਤੁਹਾਨੂੰ ਆਉਣਾ ਪੈਣਾ ਜੀ ਸੰਨ ਸਾਹਿਬ ਰੋਡ ਲਕਸ਼ਮੀ ਟਾਇਲ, ਜੇ ਤੁਸੀਂ ਤਰਨ ਤਾਰਨ ਬੈਲਟ ਤੋਂ ਆਉਂਦੇ ਹੋ, ਤੇ ਬੀੜ ਬਾਬਾ ਬੁੱਢਾ ਸਾਹਿਬ ਤੋਂ ਸੰਨ ਸਾਹਿਬ ਗੁਰਦੁਆਰਾ ਆ ਜਾਂਦਾ, ਗੁਰੂ ਅਮਰਦਾਸ ਜੀ ਦਾ ਜੀ, ਉਹਨਾਂ ਦੇ ਚਰਨਾਂ 'ਚ ਬੈਠੇ ਹਾਂ ਅਸੀਂ। ਇੱਧਰੋਂ ਆਉਂਦੇ ਹੋ ਤੇ ਗੁਰਦੁਆਰਾ ਸ਼੍ਰੀ ਛਿਆਟਾ ਸਾਹਿਬ ਤੋਂ 2 ਕਿਲੋਮੀਟਰ ਅੱਗੇ ਆ ਜੀ ਲਕਸ਼ਮੀ ਟਾਇਲ ਅੰਮ੍ਰਿਤਸਰ, ਤੇ ਜ਼ਿਆਦਾਤਰ ਹੁਣ ਸਾਨੂੰ ਪੈਲੀਆਂ ਵਾਲੇ ਖੇਤਾਂ ਵਾਲੇ ਕਿਹਾ ਜਾਂਦਾ ਜੀ, ਜਿਹੜਾ ਕਸਟਮਰ ਆਉਂਦਾ ਵੀ ਪੈਲੀਆਂ 'ਚ ਜੇ ਤੁਸੀਂ ਜੀ, ਉਹ ਕਿਸੇ ਨੂੰ ਵੀ ਸੋਚ ਲਓ ਵੀ ਪੈਲੀਆਂ 'ਚ ਇੱਕ ਸਾਡੀ ਦੁਕਾਨ ਤੁਹਾਨੂੰ ਮਿਲੂਗੀ, ਹੋਰ ਤੁਹਾਨੂੰ ਕੋਈ ਦੁਕਾਨ ਮਾਰਕੀਟ 'ਚ ਲੱਭੂਗੀ, ਪੈਲੀਆਂ 'ਚ ਦੁਕਾਨ ਨਹੀਂ ਲੱਭਦੀ ਕੋਈ। ਤੇ ਬਾਕੀ ਧੰਨਵਾਦ ਜੀ ਤੁਹਾਡਾ।